ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਪਹੁੰਚਿਆ ਸੀਗਾ ਬਾਬਾ ਸਿੱਧ ਪੋਈ। ਇੱਥੇ ਮਹੀਨੇ ਬਾਅਦ ਤੇਰਸ ਲੱਗਦੀ ਹੈਗੀ, ਮੇਲਾ ਸੀਗਾ। ਅਤੇ ਅੱਜ ਤੁਹਾਨੂੰ ਇੱਕ ਰੱਬ ਰੂਪੀ ਬੰਦੇ ਨਾਲ ਮਿਲਾਉਣੇ ਹੈਗੇ। ਉਹ ਸਾਹਮਣੇ ਬਾਬਾ ਬੈਠਾ ਗਾ ਇੱਕ, ਅਤੇ ਉਹ ਬੈਠ ਕੇ ਝਾਵੇਂ ਵੇਚ ਹੀ ਜਾਂਦਾ ਗਾ। ਤਕਰੀਬਨ ਉਹਦੇ ਕੋਲ 5-4 ਝਾਵੇਂ ਰਹਿ ਗਏ। ਕਾਫੀ ਲੋਕ ਲੰਘੀ ਜਾਂਦੇ ਉੱਤੋਂ ਦੀ, ਪਰ ਕੋਈ ਹੈ ਜਿਹੜਾ ਝਾਵਾਂ ਖਰੀਦਦਾ ਗਾ। ਬਾਬਾ ਬੈਠ ਕੇ ਝਾਵਾਂ ਵੇਚੀ ਜਾਂਦਾ ਗਾ, ਉਹ ਦਿਖਾਉਣੇ ਤੁਹਾਨੂੰ। ਬਾਬਾ ਕਿਰਤ ਦੀ ਕਮਾਈ ਖਾ ਰਿਹਾ ਗਾ। ਬਾਬਾ ਕੀ ਨਾਂ ਤੇਰਾ? ਮੇਰਾ ਨਾਮ ਬਖਸ਼ੀ ਹੈ। ਕਿੱਥੋਂ ਹੈਗਾ? ਰੂਏ ਕਹਿ ਦੋ। ਅੱਛਾ, ਇਹ ਕਿੰਨੇ ਦਾ ਵੇਚਦਾ ਇੱਕ ਜਾਮਾ? ਕਿੰਨੇ ਦਾ? ਜਿਹੜਾ ਵੀ ਕੋਈ ਰੇਟ ਨਾ, ਫੇਰ ਵੀ ਕੋਈ ਰੇਟ ਦਾ ਰੱਖਿਆ ਹੋਊਗਾ? ਜਿਹੜਾ ਦਾ ਜ਼ਿਆਦਾ ਕਰਦਾ ਉਹਦਾ 10 ਰੁਪਈਆਂ ਦਾ। ਅੱਛਾ, ਨਹੀਂ ਕੋਈ ਘੱਟ ਦੇ ਨਾ ਕੋਈ ਵੱਧ ਦੇ ਨਾ, ਉੱਥੇ ਆ ਜਾਂਦੇ। ਅੱਛਾ, ਪਿੰਡ ਤੇਰਾ ਰੂੜੇ ਕੀ ਹੈ? ਜੇ ਮੈਂ ਲੈ ਲਾਂ ਸਾਰੇ ਜਾਣੇ ਫਿਰ ਘਰੇ ਵਗ ਜਾਏਗਾ? ਹੁਣ ਘਰੇ ਵਗ ਜਾਏਗਾ ਸਾਰੇ ਮੈਂ ਲੈ ਲਾਂ। ਇੱਥੇ ਮਾਤਾ ਨਾ ਮੱਥਾ ਟੇਕਣ ਆਉਂਦੇ ਨੇ ਤੇਰਸ ਦੇ, ਤਕਰੀਬਨ ਨਾਲ ਕਣਕ ਵੀ ਲੈ ਕੇ ਆਉਂਦੀਆਂ ਨੇਗੀਆਂ। ਮੁੱਠੀ ਕੁ ਉੱਥੇ ਪਾ ਕੇ ਮਿੱਟੀ ਕੱਢਦੇ ਨੇ, ਬਾਕੀ ਉੱਥੇ ਮਿੱਟੀ 'ਤੇ ਸਿੱਟਦੇ ਹੁੰਦੀਆਂ ਨੇਗੀਆਂ। ਉਹ ਬੇਕਾਰ ਹੀ ਜਾਂਦੀ ਹੈ ਕਿ ਉਹਦਾ ਕੋਈ ਬਾਹਲਾ ਬਾਹਲਾ ਫਾਇਦਾ ਨਹੀਂ ਹੈਗਾ। ਜਿਵੇਂ ਇੱਥੇ ਹੁਣ ਲੋਕ ਇਹ ਬੈਠਾ ਗਰੀਬ ਕਿਰਤ ਕਰ ਰਹੇ ਹੈਗਾ, ਇਹੋ ਜਿਹੇ ਲੋਕਾਂ ਨੂੰ ਦਿਓ ਕਿਸੇ ਦੇ ਢਿੱਡ 'ਚ ਵੀ ਪਵੇ, ਠੀਕ ਹੈ। ਅਤੇ ਬਾਕੀ ਉੱਥੇ ਕੁਝ ਮੰਗ 'ਤੇ ਬੈਠੇ ਨੇਗੇ, ਉਹ ਮੰਗ 'ਤੇ ਖਾ ਰਹੇ ਨੇਗੇ, ਹੈ ਨਾ। ਉਹਨਾਂ ਨੂੰ ਦੇਣ ਦੀ ਬਜਾਏ ਇਹੋ ਜਿਹੇ ਲੋਕਾਂ ਨੂੰ ਦਿਓ ਜਿਹੜੇ ਕਿਰਤ ਕਰਦੇ ਨੇ, ਠੀਕ ਹੈ। ਮੇਰਾ ਵੈਸੇ ਤਾਂ ਇਹੀ ਹੈਗਾ ਵੀ ਇਹੋ ਜਿਹੇ ਲੋਕਾਂ ਨੂੰ ਸਹਾਇਤਾ ਕਰੋ ਵੱਧ ਤੋਂ ਵੱਧ। ਪਿਆਰ ਪਿਆ ਬਾਈ ਨੇ ਵੀ ਦਿੱਤੇ ਆ, ਨਾਲ ਇਹਦੇ ਦੁਕਾਨ ਲਾਈ ਬੈਠਾ ਬਾਈ, ਬਹੁਤ ਬਹੁਤ ਧੰਨਵਾਦ ਬਾਈ ਦਾ। ਇਹ ਜੀ ਪਾ ਦੇ ਕੱਟੇ ਚ ਇਹੋ ਜਿਹੇ ਬੰਦਿਆਂ ਤੋਂ ਤੁਸੀਂ ਕੋਈ ਨਾ ਕੋਈ ਲੰਘਦਾ ਟੱਪਦਾ ਚੀਜ਼ ਖਰੀਦ ਲਿਆ ਕਰੋ, ਤਾਂ ਕਿ ਇਹੋ ਜਿਹੇ ਬੰਦੇ ਦਾ ਢਿੱਡ ਭਰ ਜੇ। ਬਿਰਧ ਉਮਰ ਹੈਗਾ। ਹਾਂ ਜੀ, ਹਾਂ ਆਹ ਬਾਬੇ ਦਾ ਘਰ ਹੈਗਾ।
ਬਾਬੇ ਨੂੰ ਉੱਥੋਂ ਲੈ ਆਇਆ ਸੀਗਾ। ਧੁੱਪ ਜ਼ਿਆਦਾ ਸੀਗੀ ਵੀ ਬਾਬਾ ਆਰਾਮ ਕਰ ਕਰੇ ਜਾ ਕੇ। ਆਹ ਹਾਲਾਤ ਨੇ ਬਾਬੇ ਦੇ। बह जा बाबा आराम कर ला। जाके मैं पढ़ ला किता कि उन्होंने हूँ इन्होंने ऐवे लवाते दो जिन्ने कई कोई मुंडा ही इधर बाबा नाल है मुंडा ही है आहा कर ना हाँ आ हीरे ही ची मुंडा ਨਾਲ ਅੱਛਾ ਮੈਂ ਚੱਕ ਕੇ ਉਦੋਂ ਸਮਝੋ ਪੜ੍ਹ ਲਾ ਜਾ ਮੁੰਡਾ ਦੇ ਜੀ ਮੈਂ ਤਾਂ ਇੱਧਰ ਵਿਹਲਾ ਥਾਂ ਕਰ ਲਿਆ ਜੀ। ਨਾ ਹੁਣ ਤੇਰੇ ਮੁੰਡਾ ਹੈਗਾ ਕੋਈ? ਮਰ ਗਿਆ। ਕੋਈ ਨਹੀਂ ਹੈਗਾ ਹੁਣ? ਨਾ। ਅੱਛਾ ਅੱਛਾ ਚੱਲ ਕੋਈ ਨਾ ਪਾਪਾ ਮੈਂ ਆ ਕੇ ਜਾਇਆ ਕਰੂੰ ਲੰਘਦਾ ਟੱਪ ਦਾ ਮੈਂ ਤੇਰੇ ਕੋਲ ਆ ਕੇ ਜਾਇਆ ਕਰੂੰਗਾ ਠੀਕ ਹੈ। ਮੈਂ ਤਾਂ ਕਿਸੇ ਸਕਦਾ ਜਾਂ ਅੱਛਾ ਡਰ ਤਾਂ ਜਾਹਿਰ ਕਰਨੇ ਕੀ ਹੁੰਦਾ ਹੈ ਅੱਛਾ ਬਾਬਾ ਕੱਲੇ ਹੀ ਆ ਘਰੇ ਆਹ ਹਾਲਾਤਾਂ ਦੇ ਵਿੱਚ ਰਹਿ ਰਿਹਾ ਬਾਬਾ ਇੰਨਾ ਕੁ ਥਾਂ ਬਾਬੇ ਕੋਲ ਚਾਹ ਕਰਦਾ ਹੋਏਗਾ ਇਹਦੇ ਨਾਲ। ਅੱਛਾ ਜਿਹੜਾ ਸਮਾਨ ਆ ਪਿਆ ਗਾ ਇਕੱਠਾ ਗੋੜਾ ਕਰਕੇ ਲਿਆਉਣਾ ਤੂੰ ਹਨਾ ਆਹ ਜਿਹੜਾ ਸਮਾਨ ਇਕੱਠਾ ਕਰਕੇ ਲਿਆਉਣਾ ਬੋਰੀਆਂ ਬਾਰੀਆਂ ਜੀਆਂ ਇਹਦੇ ਨਾਲ ਅੱਗ ਮਚਾ ਲੈਣਾ ਹੈ ਆਹ ਕਰਕੇ ਚਾਹ ਬਣਾਉਣਾ ਇਹਦੇ ਨਾਲ ਬੋਰੀਆਂ ਨਾਲ ਅੱਗ ਲਾ ਕੇ ਠੀਕ ਹੈ ਕੱਪੜੇ ਵੀ ਹੈਗੇ। ਅੱਛਾ ਜਿਹੜੇ ਚੱਪਲ ਪਹਿਲੇ ਪਾਸੇ ਸਿਰੇ ਤੇ ਪਏ ਹੈ ਕਿਆ ਪੂੰਜੇ ਪਏ ਆ ਇੱਧਰ ਤੇਰੇ ਪਾਉਣ ਵਾਲੇ? ਹਾਂ। ਅੱਛਾ ਅੱਛਾ ਤੇਰੇ ਪਾਉਣ ਵਾਲੇ ਕੱਪੜੇ ਨੇ? ਹਾਂ। ਅੱਛਾ ਅੱਛਾ ਆਹ ਪਾਣੀ ਇੱਥੋਂ ਪਾਣੀ ਪੀਣਾ ਹੋਣਾ ਹੈ ਤੌੜਾ ਪਿਆ ਗਾ ਪਾਣੀ ਭਰ ਲੈਣੇ ਮੈਂ ਬਾਲਟੀ ਭਰ ਕੇ ਰੱਖਦਾ ਉਹਨੇ ਬੋਲ ਫਿਰ ਚਾਹ ਕਰਾਈਏ। ਨਾ ਨਾ ਧੰਨਵਾਦ ਬਾਬਾ।